ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਰਕਾਰ ਨਿਊਜ਼। ਇਸ ਚੈਨਲ ਦੇ ਜ਼ਰੀਏ COVID-19 ਹੈਸ਼ਟੈਗ ਵੱਖ ਵੱਖ ਵਿਵਸਥਾ ਕੀਤੀਆਂ ਗਈਆਂ ਨੇ COVID-19 ਤੇ ਕਾਬੂ ਪਾਉਣ ਲਈ। ਅੱਜ ਅਸੀਂ ਪਹੁੰਚ ਬਣਾਈ ਹੈ, ਸਾਡੇ ਨਾਲ ਨੇ ਸਰਪੰਚ ਕਿਰਨ ਮੋਹਨ ਕੁਮਾਰ ਜੀ, ਪਿੰਡ ਸ਼ਹੀਦ ਭਗਤ ਸਿੰਘ ਨਗਰ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਸਰਕਾਰ ਵੱਲੋਂ ਕੀ ਸਹੂਲਤਾਂ ਦਿੱਤੀਆਂ ਗਈਆਂ ਨੇ ਗਰੀਬ ਵਰਗ ਨੂੰ ਰਾਸ਼ਨ ਪਾਣੀ ਲਈ, ਇਸ ਤੋਂ ਇਲਾਵਾ ਹੋਰ ਪਿੰਡ 'ਚ ਕੀ ਵਿਵਸਥਾ ਬਣਾਈਆਂ ਗਈਆਂ ਨੇ। ਸ਼ਹੀਦ ਭਗਤ ਸਿੰਘ ਪਿੰਡ ਵਿੱਚ ਬਹੁਤ ਵੱਡਾ ਏਰੀਆ ਆ, ਕੰਟਰੋਲ ਕਰਨਾ ਵੀ ਇਹਨੂੰ ਮੁਸ਼ਕਲ ਹੋ ਜਾਂਦਾ ਕਿਤੇ ਨਾ ਕਿਤੇ ਜਾ ਕੇ, ਤਾਂ ਉਹਦੇ ਬਾਰੇ ਤੁਸੀਂ ਇਸ ਪਿੰਡ ਬਾਰੇ ਦੱਸੋ। ਪਹਿਲਾਂ ਤਾਂ ਸਤਿਕਾਰ ਯੋਗ ਨਿਊਜ਼ ਚੈਨਲ ਦੇ ਸਭ ਨੂੰ ਸਤਿ ਸ਼੍ਰੀ ਅਕਾਲ, ਜਿੰਨੇ ਵੀ ਮੈਨੂੰ ਸਾਰੇ ਜਾਣੇ ਸੁਣ ਰਹੇ ਨੇ ਸਭ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਰਤ। ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ, ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਅਸੀਂ ਆਪਣੇ ਪੱਧਰ 'ਤੇ ਜਿੰਨੀ ਸਾਡੇ ਤੋਂ ਹੋ ਸਕਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੈਨੀਟਾਈਜ਼ਰ ਸਪਰੇਅ ਜਿਹੜੀ ਹੈ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੋ ਗਈ ਹੈ, ਦੁਬਾਰਾ ਵੀ ਕਰਾਂਗੇ, ਜ਼ਰੂਰਤ ਪੈਣ 'ਤੇ ਦੁਬਾਰਾ ਵੀ ਸੈਨੀਟਾਈਜ਼ਰ ਇਹਨੂੰ ਕਰਾਂਗੇ ਪੂਰੇ ਸ਼ਹੀਦ ਭਗਤ ਸਿੰਘ ਨਗਰ ਨੂੰ। ਔਰ ਬਾਕੀ ਪ੍ਰਕੋਸ਼ਨ ਦੀ ਗੱਲ ਆ, ਹਰ ਜਗ੍ਹਾ ਕੁਛ ਨਾ ਕੁਛ ਮਾੜੀ ਮੋਟੀ ਕੋਈ ਨਾ ਕੋਈ ਕਮੀ ਤਾਂ ਰਹਿ ਰਹੀ ਆ, ਪਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਘੱਟ ਇਸ ਚੀਜ਼ ਨੂੰ ਸਾਰੇ ਲੋਕ ਫੋਲੋ ਕਰ ਰਹੇ ਆ। ਕੁਛ ਸਾਡੇ ਨੌਜਵਾਨ ਨੇ, ਉਹਨਾਂ ਨੇ ਤਾਂ ਗਲੀਆਂ ਦੇ ਬਾਹਰ ਬਾਰਡਰ ਲਾਈਨ ਰੱਸੀਆਂ ਤੱਕ ਲਾ ਦਿੱਤੀਆਂ ਨੇ ਤਾਂ ਕਿ ਕੋਈ ਬਾਹਰੋਂ ਕੋਈ ਐਂਟਰ ਨਾ ਕਰ ਸਕੇ। NGO ਵਗੈਰਾ? NGO ਬਿਲਕੁਲ, ਇੱਥੇ ਸਾਡੇ NGO ਸਾਡੇ ਨਾਲ ਟਾਈ ਅਪ ਕਰ ਰਹੇ ਨੇ, NGO ਆ ਰਹੇ ਨੇ, ਕੋਈ ਬਣਿਆ ਹੋਇਆ ਲੰਗਰ ਲੈ ਕੇ ਆ ਰਿਹਾ ਹੈ, ਕੋਈ ਸੁੱਕਾ ਰਾਸ਼ਨ ਲੈ ਕੇ ਆ ਰਿਹਾ ਹੈ। ਕਿੰਨੀਆਂ NGOs ਆ ਗਈਆਂ ਨੇ? NGO ਇੱਕ ਤਾਂ ਭਗਤ ਸ਼੍ਰੀ ਗੁਰੂ ਰਵਿਦਾਸ ਜੀ NGO ਵੱਲੋਂ ਸੱਜੀ ਦੇ ਪ੍ਰਧਾਨ ਗੁਰਦੇਵ ਸਿੰਘ ਜੀ ਨੇ, ਲਵਪ੍ਰੀਤ ਲੱਪਾ ਜੀ, ਔਰ ਇਹ ਪ੍ਰਕਾਸ਼ ਮੈਂਬਰ ਸਾਡੇ 5 ਮੈਂਬਰ, ਉਹ ਵੀ ਉਹਨਾਂ ਦੇ ਮੈਂਬਰ ਨੇ। ਕਾਫੀ ਹੱਦ ਤੱਕ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਹਰ ਤੱਕ ਬਣਿਆ ਹੋਇਆ ਲੰਗਰ ਪਾਣੀ ਪਹੁੰਚਾਉਣ ਦੀ ਤੇ ਸੁੱਕਾ ਰਾਸ਼ਨ ਜਿੰਨਾ ਵੀ ਪਹੁੰਚ ਸਕਦਾ ਅਸੀਂ ਪਹੁੰਚਾ ਰਹੇ ਹਾਂ। ਲੇਟ ਹੋ ਗਏ ਸੀ ਰਾਤ, ਉਹਨੂੰ ਡਿਵਾਈਡ ਕਰਦੇ ਹੋਏ ਲਿਫਾਫਿਆਂ 'ਚ ਪ੍ਰੋਪਰ ਪੈਕਿੰਗ ਕਰਕੇ ਸੈਨੀਟਾਈਜ਼ ਕਰਕੇ ਉਹਨੂੰ ਅਸੀਂ ਲੋੜਵੰਦ ਜਿਹੜੇ ਸਾਡੇ ਵਾਰਡ ਪੰਚਾਇਤ ਮੈਂਬਰ ਨੇ ਉਹਨਾਂ ਦੇ ਤੱਕ ਪਹੁੰਚਾ ਦੇਵਾਂਗੇ, ਤੇ ਉਹ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਲੱਗੇਗੀ ਕਿ ਜ਼ਰੂਰਤਮੰਦ ਹੈਗੇ ਨੇ ਉੱਥੇ ਤੱਕ ਪਹੁੰਚਦਾ ਕਰ ਦੇਣਗੇ। ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਜੀ ਸਾਨੂੰ, ਹੈਲਥ ਡਿਪਾਰਟਮੈਂਟ ਵੱਲੋਂ ਡਾਕਟਰ ਸਾਹਿਬ ਨਾਲ ਰੋਜ਼ਾਨਾ ਹੀ ਗੱਲ ਹੁੰਦੀ ਆ, ਤੇ ਸਾਡੇ ਇੱਥੇ ਰਿਤੂ ਜੀ ਨੇ ਆਸ਼ਾ ਵਰਕਰ ਉਹਨਾਂ ਦੀ ਡਿਊਟੀ ਲਗਾਈ ਗਈ ਆ, ਤੇ ਉਹ ਬਿਲਕੁਲ ਘਰ ਘਰ ਜਾ ਕੇ, ਮੈਂ ਪਹਿਲਾਂ ਵੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਇੰਨੀ ਮਹਾਮਾਰੀ ਦੇ ਵਿੱਚ ਉਹ ਇੰਨਾ ਆਪਣਾ ਕੰਮ ਕਰ ਰਹੇ ਆ। ਤੇ ਮੈਂ ਇਹ ਕਹਿ ਰਿਹਾ ਕਿ ਜਿਹੜੇ ਸਾਡੇ ਸ਼ਹੀਦ ਭਗਤ ਸਿੰਘ ਲੋਕਾਂ ਨੂੰ ਬੇਨਤੀ ਹੈ ਕਿ ਅਗਰ ਤੁਹਾਨੂੰ ਕੋਈ ਇੱਦਾਂ ਦਾ ਲੱਗਦਾ ਹੈ, ਕੋਈ ਸ਼ੱਕੀ ਆਦਮੀ, ਤਾਂ ਤੁਸੀਂ ਰਿਤੂ ਜੀ ਨੇ, ਆਸ਼ਾ ਵਰਕਰ ਜੀ, ਉਹਨਾਂ ਨਾਲ ਜ਼ਰੂਰ ਸੰਪਰਕ ਕਰੋ, ਮੇਰੇ ਨਾਲ ਸੰਪਰਕ ਕਰੋ। ਸਹਿਯੋਗ ਮਿਲਿਆ ਕੋਈ? ਬਿਲਕੁਲ ਪੂਰਾ ਸਹਿਯੋਗ ਆ ਜੀ, ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਆ। ਅਸੀਂ ਜਦੋਂ ਵੀ ਕਿਤੇ ਲੱਗਦਾ ਹੈ ਕਿ ਇੱਦਾਂ ਦੀ ਕੋਈ ਲੋਕ ਨਹੀਂ ਸਮਝ ਰਹੇ, ਉੱਥੇ ਪ੍ਰਸ਼ਾਸਨ ਨੂੰ ਵੀ ਅਸੀਂ ਕਾਲ ਕਰੀਦੀ ਹੈ, SHO ਸਾਹਿਬ ਸਾਡੇ ਜਗਦੇਵ ਸਿੰਘ ਜੀ, ਉਹ ਤੇ ਚੌਂਕੀ ਇੰਚਾਰਜ ਸਾਹਿਬ ਸਾਡੇ ਰਣਜੀਤ ਸਿੰਘ ਜੀ, ਪੂਰਾ ਪੱਬਾਂ ਭਾਰ ਨੇ, ਗੇੜਾ ਵੀ ਮਾਰਦੇ ਨੇ, ਹੂਟਰ ਵੀ ਮਾਰਦੇ ਨੇ, ਇੱਥੇ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ, ਅਨਾਊਂਸਮੈਂਟਾਂ ਵੀ ਕਰਦੇ ਨੇ, ਤੇ ਲੋਕ ਕਿਤੇ ਨਾ ਕਿਤੇ ਕੁਝ ਨਾ ਕੁਛ ਤਾਂ ਕਿਤੇ ਨਾ ਕਿਤੇ ਲੋਕ ਨਹੀਂ ਵੀ ਸਮਝਦੇ। ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡਾ ਏਰੀਆ ਬਹੁਤ ਵੱਡਾ ਆ, ਇਹਦੇ ਤੇ ਥੋੜਾ ਜਿਹਾ ਵੱਧ ਧਿਆਨ ਦਿੱਤਾ ਜਾਵੇ। ਜਿਹੜੀ ਇਹ ਗੱਲ ਕੀਤੀ ਹੈ ਬਹੁਤ ਵੱਡਾ ਏਰੀਆ, ਬਾਬਾ ਪਿੰਡਾ ਜੀ ਰੇਸ਼ਮ ਜੀ, ਉਹਨਾਂ ਦੇ ਥਰੂ ਸਾਨੂੰ ਲੰਗਰ ਵੀ 250-300 ਬੰਦੇ ਦਾ ਰੋਜ਼ ਸਾਨੂੰ ਪ੍ਰੋਵਾਈਡ ਹੋ ਰਿਹਾ ਹੈ, ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਪਿੰਡਾ ਜੀ ਦਾ, ਰੇਸ਼ਮ ਸਿੰਘ ਜੀ ਦਾ, ਗੌਰਵ ਬੱਬਾ ਜੀ ਦਾ, ਕੁਲਦੀਪ ਵੈਸ ਜੀ ਦਾ, ਤੇ ਇਹ ਪੂਰੀ ਮਤਲਬ ਕਹਿੰਦਾ ਸਾਨੂੰ ਸਹਿਯੋਗ ਦੇ ਰਹੇ ਆ, ਤੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਸਾਡੇ MLA ਸਾਹਿਬ ਨੂੰ ਕਿ ਕਿਰਪਾ ਕਰਕੇ, ਤੁਹਾਨੂੰ ਵੀ ਪਤਾ ਹੈ ਵੀ ਇਹ ਪਿੰਡ ਬਹੁਤ ਵੱਡਾ ਆ, 11 ਵਾਰਡ ਨੇ, ਵੋਟ ਵੀ ਜ਼ਿਆਦਾ ਆ, ਔਰ ਸਾਡੇ ਪਿੰਡ ਦੇ ਵਿੱਚ ਜਿਹੜਾ ਆ ਲੇਬਰ ਤਬਕਾ ਜ਼ਿਆਦਾ ਆ, 80% ਲੇਬਰ ਤਬਕਾ, ਥੋੜ੍ਹਾ ਜਿਹਾ ਇੱਧਰ ਸਾਡੇ ਪਿੰਡ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਮੈਂ ਪਿੰਡ ਦਾ ਮੁਖੀ ਹੋਣ ਦੇ ਨਾਤੇ ਮੈਂ ਵੀ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਕਿ ਜਿੰਨੇ ਵੀ ਦਾਇਰੇ ਨੇ, ਚਾਹੇ ਉਹ ਬੈਂਕ ਆ, ਚਾਹੇ ਉਹ ਕੋਈ ਕਿਰਾਏਦਾਰ ਜਿਹੜੇ ਮਾਲਕ ਜਿਹੜੇ ਇੱਥੇ ਸਾਡੇ ਪ੍ਰਵਾਸੀ ਕਿਰਾਏਦਾਰ ਰਹਿ ਰਹੇ ਨੇ, ਉਹਨਾਂ ਦੇ ਮਾਲਕ ਨੇ, ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਘੱਟੋ ਘੱਟ ਜਦ ਤੱਕ ਇਹ ਮਹਾਂਮਾਰੀ ਚੱਲਦੀ ਆ ਉਦੋਂ ਤੱਕ ਉਹਨਾਂ ਤੋਂ ਕਿਰਾਇਆ ਨਾ ਲਿੱਤਾ ਜਾਵੇ, ਬਿੱਲ ਨਾ ਲਿੱਤੇ ਜਾਣ, ਬੈਂਕ ਦੀਆਂ ਕਿਸ਼ਤਾਂ ਨਾ ਕੱਟੀਆਂ ਜਾਣ,
मैं उन्होंने हाथ जोड़ के बेनती करता है कि घट्टो घट महामारी तक तुम ना सही तो घट्टो घट एक महीने की तो जरूर तुम इन्हों छोप दो जी हाथ जोड़ के प्यार समझाया कि ऐसा ना करो ਤੁਹਾਡਾ ਜਿਹੜਾ ਆ ਜਿਹਦਾ ਤੁਸੀਂ ਐਕਸਟਰਾ ਰਾਸ਼ਨ ਦਿੱਤਾ ਤੁਹਾਡੀ ਵਜ੍ਹਾ ਨਾਲ ਹੋ ਸਕਦਾ ਪੰਜ ਸੱਤ ਜਿਹੜੇ ਪਰਿਵਾਰ ਸਾਡੇ ਰਹਿ ਜਾਣ ਤੇ ਇਸ ਗੱਲ ਕਰਕੇ ਪੂਰਾ ਅਸੀਂ ਸਾਡੀ ਨਿਗਾਹ ਹੈਗੀ ਆ ਜਿੱਥੇ ਤੱਕ ਮੈਂ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਇੰਨੇ ਮੋਹਦਵਾਰ ਮੈਨੂੰ ਸੁਣ ਰਹੇ ਨੇ ਸਾਡੇ ਮੈਂਬਰ ਪੰਚਾਇਤ ਜਾਂ ਕੋਈ ਗਲੀ ਦੇ ਵਿੱਚ ਜਿਹੜੇ ਕੋਈ ਸਾਡੇ ਮੋਹਦਵਾਰ ਬੰਦੇ ਬੈਠੇ ਨੇ ਕਿ ਜੇ ਸਾਡੀ ਨਿਗਾਹ ਤੋਂ ਕੋਈ ਰਹਿ ਵੀ ਜਾਂਦਾ ਤੇ ਲੋੜਵੰਦ ਬਿਲਕੁਲ ਤੁਹਾਨੂੰ ਪਤਾ ਹੋਵੇ ਸਾਡੇ ਨਾਲ ਸੰਪਰਕ ਕਰ ਲਓ ਸਾਡੇ ਪੰਚਾਇਤ ਮੈਂਬਰ ਨਾਲ ਮੇਰੇ ਨਾਲ ਸੰਪਰਕ ਕਰ ਲਓ ਮੈਂ ਅਸੀਂ ਉਹਨਾਂ ਦੇ ਘਰ ਤੱਕ ਅਸੀਂ ਜੋ ਵੀ ਆ ਉਹਨਾਂ ਦਾ ਚਾਹੇ ਬਣਿਆ ਹੋਇਆ ਲੰਗਰ ਆ ਤੇ ਚਾਹੇ ਸੁੱਕਾ ਰਾਸ਼ਨ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪਿੰਡ ਦੇ ਲੋਕ ਤੁਹਾਨੂੰ ਸਮਝਦੇ ਨੇ ਪ੍ਰੋਪਰ ਦੇਖੋ ਪਿੰਡ ਦੇ ਲੋਕ ਹੱਲੇ ਤੱਕ ਤਾਂ ਬਿਲਕੁਲ ਕੋਆਪਰੇਟ ਕਰ ਰਹੇ ਆ ਕੁਛ ਹੈ ਵੀ ਨੇ ਜਿਹੜੇ ਪਰੇਸ਼ਾਨ ਵੀ ਨੇ ਕੁਛ ਕਹਿੰਦੇ ਵੀ ਨੇ ਵੀ ਹਾਂ ਸਾਨੂੰ ਸਾਡੇ ਤੱਕ ਪਹੁੰਚ ਕਰੋ ਸਾਡੇ ਤੱਕ ਆਓ ਔਰ ਅਸੀਂ ਪਹੁੰਚ ਰਹੇ ਆ ਸਾਡੇ ਮੈਂਬਰ ਪੰਚਾਇਤ ਸਾਡੀ ਟੀਮ ਜਿਹੜੀ ਆ ਪੂਰੀ NGO ਨੇ ਜਿਹੜੇ ਸਾਡੇ ਜਿੰਨੇ ਵੀ ਮੋਹਦਵਾਰ ਨੇ ਸਾਰੇ ਪੱਬਾਂ ਭਾਰ ਹੋਏ ਨੇ ਸਾਰੇ ਕੰਮ ਕਰ ਰਹੇ ਨੇ ਆਪਣੇ ਪੱਧਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਮੈਂ ਆਪਣੇ ਦੇਸ਼ ਨੂੰ ਵੀ ਆਪਣੇ ਪੰਜਾਬ ਨੂੰ ਵੀ ਆਪਣੇ ਪਿੰਡ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ COVID-19 ਤੋਂ ਡਰਨ ਦੀ ਲੋੜ ਨਹੀਂ ਆ ਇਹਦੇ ਤੋਂ ਬਚਣ ਦੀ ਲੋੜ ਆ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਸਰਕਾਰ ਅਸੀਂ ਔਰ ਸਾਡੀ ਜਿਹੜੀ NGO ਨੇ ਸਾਡੇ ਮੋਹਦਵਾਰ ਨੇ ਸਾਰੇ ਹੀ ਇਸ ਖਤਰਨਾਕ ਬਿਮਾਰੀ ਦੇ ਚੱਲਦੇ ਤੁਹਾਡੀ ਮਦਦ ਲਈ ਅੱਜ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਹੋਏ ਹੋਏ ਨੇ ਇਸ ਗੱਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇਹਨਾਂ ਬੰਦਿਆਂ ਦੀ ਜਿਹੜੀ ਮਿਹਨਤ ਆ ਉਹ ਪਾਣੀ 'ਚ ਨਾ ਪਾਓ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਆਪਣਾ ਖਿਆਲ ਰੱਖੋ ਇਹ ਅਸੀਂ ਜਿੰਨਾ ਜਿੱਥੋਂ ਤੱਕ ਹੋ ਸਕਦਾ ਤੁਹਾਡੇ ਤੱਕ ਜਿਹੜੀ ਵੀ ਤੁਹਾਡੀ ਜ਼ਰੂਰਤ ਦੀ ਚੀਜ਼ ਆ ਚਾਹੇ ਉਹ ਦਵਾਈਆਂ ਅਤੇ ਚਾਹੇ ਰਾਸ਼ਨ ਅਸੀਂ ਪਹੁੰਚ ਕੇ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਪਿੰਡ ਬਾਰੇ ਦੱਸਿਆ ਤੇ ਇਹ ਸਨ ਸਾਡੇ ਨਾਲ ਕਿਰਨ ਮੋਹਨ ਕੁਮਾਰ ਜੀ ਸਰਪੰਚ ਪਿੰਡ ਸ਼ਹੀਦ ਭਗਤ ਸਿੰਘ 16,000 ਵੋਟ ਹੈ ਇੱਥੇ ਤੇ 11 ਵਾਰਡ ਨੇ ਇਹ ਸਭ ਤੋਂ ਵੱਧ ਆਬਾਦੀ ਵਾਲਾ ਪਿੰਡ ਹੈ ਤੇ ਇਸੇ ਤਰ੍ਹਾਂ ਤੁਹਾਨੂੰ ਅਪਡੇਟਸ ਦਿੰਦੇ ਰਹਿੰਦੇ ਹਾਂ ਕੋਰੋਨਾ ਵਾਇਰਸ #ਧੰਨਵਾਦ।